ਟੀਚਰ ਸਾਹਿਬਾਨ ਤੇ ਮੇਰੇ ਪਿਆਰੇ ਮਿੱਤਰੋ, ਅਸੀਂ ਜਗਦੀਸ਼ ਚੰਦਰ ਬੋਸ ਹਾਊਸ ਨੰਬਰ 3 ਦੇ ਵਿਦਿਆਰਥੀ ਸਾਨੂੰ ਧਰਮ ਦੀ ਕੱਟੜਤਾ ਬਾਰੇ ਸਕਿੱਟ ਪੇਸ਼ ਕਰਨ ਜਾ ਰਹੇ ਹਾਂ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਅੱਛਾ ਜੀ, ਡਬਲ ਬੈਡ ਜੀ, ਕੋਈ ਨੀ, 40-50 ਦੇ ਦਿਨ ਵਿੱਚ। ਹਾਂਜੀ ਹਾਂਜੀ, ਕੋਈ ਨੀ, ਪਹੁੰਚਾ ਦੋਂਗੇ। ਉਹ ਪੋਤੇ, ਛੇਤੀ ਕੱਪੜਾ ਮਾਰਦੇ, ਅੱਜ ਦਿਨ ਵਧੀਆ ਲੱਗਦਾ ਆ, ਅੱਜ ਪੈਸੇ ਲੱਗਦਾ ਬਹੁਤ ਘੱਟ ਲੈਣੇ ਆ। ਅੱਧੇ ਤੇਰੇ ਤੇ ਅੱਧੇ ਮੇਰੇ। ਲੈ ਕੋਈ ਨੀ, ਅੱਧੇ ਤੇਰੇ ਅੱਧੇ ਮੇਰੇ, ਆਪਾਂ ਕਿਹੜਾ ਖਾਣ ਲੱਗੇ ਇਕੱਠੇ, ਤੂੰ ਰੱਖ ਲਈ ਬਸ ਆਪਣੇ ਹੀ ਆ। ਹੈਲੋ, ਕੁਰਸੀਆਂ ਜੀ। ਹਾਂਜੀ ਹਾਂਜੀ, ਕੋਈ ਨੀ ਜੀ, ਭੇਜ ਦਿੰਦੇ ਆ। ਓਕੇ। ਉਹ ਪੁੱਤ, ਆ ਜਿੰਨੀਆਂ ਵੀ ਕੁਰਸੀਆਂ ਸਾਨੂੰ ਆਰਡਰ ਆਇਆ, ਜਿੰਨੀਆਂ ਵੀ ਕੁਰਸੀਆਂ ਮਾਠਾ ਸਵੇਰੇ ਚੱਕ ਲਾ, ਜਦੋਂ ਚੱਕ ਕੇ ਟਰਾਲੀ ਸਿੱਟ ਦੇ, ਚੱਕ ਕੇ ਸਾਰੇ ਟਰਾਲੀ ਸਿੱਟ ਦੇ, 600 ਰੁਪਏ ਮੇਰਾ। ਹਾਂ, 600 ਰੁਪਏ ਤੇਰਾ, ਛੇਤੀ ਸਿੱਟ ਦੇ। ਉਹ ਯਾਰ ਪੁੱਤ, ਯਾਰ ਮੈਂ ਸੋਚਦਾ ਸੀਗਾ ਕਿ ਅੱਜ ਇੰਨਾ ਦਿਨ ਵਧੀਆ ਚੜਿਆ ਆ, ਦੇਖੋ ਗਾਹਕ ਵਧੀਆ ਆਊਗਾ, ਆ ਬਿੰਗਾ ਜਿਹਾ ਪਾਪਾ ਮੂੰਹ ਚੱਕ ਕੇ ਪਤਾ ਨੀ ਕਿੱਥੋਂ ਆ ਗਿਆ। ਚੱਲ ਗਾਹਕ ਤਾਂ ਗਾਹਕ ਹੀ ਆ। ਕਿੱਦਾਂ ਪੁੱਤ? ਵਧੀਆ ਬਾਬਾ ਜੀ, ਤੁਸੀਂ ਦੱਸੋ ਕਿੱਦਾਂ? ਕੋਠੀ ਚਾਹੀਦੀ, ਮੇਜ ਚਾਹੀਦਾ, ਬੈਡ ਚਾਹੀਦਾ? ਬਸ ਪੁੱਤ, ਮੇਰੇ ਕੋਲ ਤਾਂ ਰੱਬ ਦਾ ਦਿੱਤਾ ਆ ਸਭ ਕੁਝ, ਤੇ ਸੰਕਟ ਆਉਣਾ ਆ, ਮੈਂ ਤੇਰੇ ਭਲੇ ਲਈ ਆਇਆ। ਬਾਬਾ ਜੀ, ਇਹਦਾ ਭਲਾ, ਇਹ ਤਾਂ ਕਿਸੇ ਗਰੀਬ ਨੂੰ ਖੋਜ ਦੇ ਕੇ ਆਪ ਕੁਛ ਨੀ, ਇਹ ਮੇਰੇ ਬਾਰੇ ਕੁਛ ਸੋਚਣਾ ਨੀ, ਤੁਸੀਂ ਇਹਦਾ ਭਲੇ ਕਰਨ ਵਾਸਤੇ ਆ। ਦੇਖ ਲਾ, ਨਾ ਹੀ ਤਾਂ ਮੇਰੀ ਗੁਆਂਢੀ ਆਣਾ ਬਣਦੀ ਆ, ਤੇ ਨਾ ਹੀ ਮੇਰੀ ਕਿਸੇ ਸਹੁਰੇ ਆਣਾ ਬਣਦੀ ਆ, ਸਿਰਫ 10 ਮਿੰਟ ਪਹਿਲਾਂ ਤਿੰਨਾ ਹੀ ਬਣਨ ਲੱਗੀ ਆ। ਪੁੱਤ, ਤੂੰ ਬਹੁਤ ਸਮਾਂ ਪਹਿਲਾਂ ਇੱਕ ਗਰੀਬ ਕੰਨਿਆ ਦੀ ਸਹਾਇਤਾ ਕੀਤੀ ਸੀ। ਅੱਛਾ 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 ਅੱਛਾ, ਉਸ ਗਰੀਬ ਕੰਨਿਆ ਦੀ ਸਹਾਇਤਾ, ਉਹਨੇ ਕਰੀ ਤਾਂ ਮੈਨੂੰ ਆ ਕੁਰਸੀ ਮਿਲੀ ਸੀ, ਸੱਚ ਦੀ ਕੁਰਸੀ। ਹਾਂਜੀ ਬਾਬਾ ਜੀ, ਇਹ ਸੱਚ ਦੀ ਕੁਰਸੀ ਆ, ਜਿਹੜਾ ਬੰਦਾ ਇਹਦੇ ਉੱਪਰ ਬਹਿ ਜਾਂਦਾ ਆ ਉਹ ਸੱਚ ਬੋਲਣ ਲੱਗ ਪੈਂਦਾ ਆ। ਬਾਬਾ ਜੀ, ਮੈਨੂੰ ਤਾਂ ਅੱਜ ਪਤਾ ਲੱਗਾ, ਲੋਕ ਅੰਦਰੋਂ ਗੀ ਤੇ ਬਾਹਰੋਂ ਗੀ, ਅੰਦਰੋਂ ਚੋਰ ਤੇ ਬਾਹਰੋਂ ਸਾਧ। ਹਾਂ ਬਾਬਾ, ਜੇ ਮੈਂ ਤਾਂ ਨਾ ਹੁਣ ਰੱਬ ਅੱਗੇ ਇਹੀ ਅਰਦਾਸ ਕਰਦਾ ਆ ਕਿ ਇਹ ਕੁਰਸੀ ਹਨਾ ਹਰੇਕ ਸਰਕਾਰੀ ਮਹਿਕਮੇ ਚ ਹੋਣੀ ਚਾਹੀਦੀ ਆ, ਵਕੀਲ ਦੇ ਥੱਲੇ, ਪੁਲਿਸ ਵਾਲੇ ਦੇ ਥੱਲੇ, ਜੱਜ ਵਾਲੇ ਦੇ ਥੱਲੇ, ਹਰੇਕ ਦੇ ਥੱਲੇ ਹੋਣੀ ਚਾਹੀਦੀ ਆ ਕਿ ਕਿਸੇ ਬੇਕਸੂਰ ਨੂੰ ਸਜ਼ਾ ਨਾ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈਕ ਇਹ ਕੀ ਇੱਥੇ? ਵਾਹਿਗੁਰੂ ਜੀ ਦੀ ਕੁਰਸੀ। ਭਲਿਓ ਲੋਕੋ, ਤੁਹਾਨੂੰ ਜਰਾ ਨੀ ਸ਼ਰਮ ਆਈ ਕਿ ਤੁਸੀਂ ਵਾਹਿਗੁਰੂ ਦੀ ਕੁਰਸੀ ਅੱਗੇ ਜੋੜੇ ਪਗੇ ਖੜੇ ਹੋ? ਇੱਥੇ ਤਾਂ ਗੁਰਦੁਆਰਾ ਬਣਨਾ ਚਾਹੀਦਾ ਹੈ, ਇੱਥੇ ਲੱਖਾਂ ਹੀ ਸੰਗਤਾਂ ਇਕੱਠੀਆਂ ਹੋਣਗੀਆਂ ਤੇ ਲੰਗਰ ਛਕਣਗੀਆਂ, ਇੱਥੇ ਵਾਹਿਗੁਰੂ ਜੀ ਦਾ ਪਾਠ ਕੀਤਾ ਜਾਵੇਗਾ, ਇੱਥੇ ਗੁਰਦੁਆਰਾ ਹੀ ਬਣਨਾ ਚਾਹੀਦਾ, ਇੱਥੇ ਕੋਈ ਗੁਰਦੁਆਰਾ ਨਹੀਂ ਬਣੇਗਾ, ਇਹ ਸਾਡਾ ਸ਼ੋਰੂਮ ਆ। ਜੇ ਤੁਸੀਂ ਨਾ ਮੰਨੇ ਤਾਂ ਸਾਡੇ ਸ਼ੋਜ ਵਿੱਚ ਆਏ ਲੱਖਾਂ ਸਿੱਖ ਨੌਜਵਾਨ ਮੇਰੇ ਇੱਕ ਹੀ ਇਸ਼ਾਰੇ ਤੇ ਤੁਹਾਡੀ ਦੁਕਾਨ ਨੂੰ ਤਬਾਹ ਕਰ ਦੇਣਗੇ। ਜੇ ਤੁਸੀਂ ਸਾਡੀ ਦੁਕਾਨ ਨੂੰ ਤਬਾਹ ਕਰ ਦਿੱਤਾ, ਇੱਥੇ ਕੰਮ ਕਰਦੇ 400 ਮੈਂਬਰ, ਉਹਨਾਂ ਦਾ ਪਰਿਵਾਰ ਤਾਂ ਭੁੱਖਾ ਮਰ ਜੂਗਾ। ਓਏ ਨਹੀਂ, ਓਏ ਪਰਮਾਤਮਾ ਦਾ ਪੱਤਰ ਦੇ ਵਿੱਚ ਕੀੜੇ ਨੂੰ ਵੀ ਦੇ ਦਿੰਦਾ, ਇੱਥੇ ਦਾ ਉਹ ਤਾਂ ਆਪੇ ਹੀ ਦੇਖੂ। ਜੇ ਤੁਸੀਂ ਯਾਰੇ ਗੱਲ ਕਰਦੇ ਨਾ ਉਹਨਾਂ ਨੂੰ ਦਿਖਾਓ ਜ਼ੋਰ, ਜੇ ਡਾਕਟਰ ਭਰੂਣ ਹੱਤਿਆ ਕਰਕੇ ਕੁਆਲੇ ਖੂਹ ਭਰਦੇ ਉਹਨਾਂ ਦੇ ਜ਼ੋਰ ਦਿਖਾਓ, ਜਿਹੜੇ ਬੰਦੇ ਦਿਨ ਦਿਹਾੜੇ ਕੁੜੀਆਂ ਨੀਚੇ ਲੁੱਟਦੇ ਨੇ, ਜੇ ਤੁਹਾਡੇ ਇੰਨੀ ਉਮਰ ਨਾ ਕੁੜਤੀ ਪੈ ਦਿਖਾਓ। ਓਏ ਨਹੀਂ, ਓਏ ਮੇਰੇ ਚ ਐਨੀ ਕਿਤੇ ਔਕਾਤ ਕਿ ਮੈਂ ਵਾਹਿਗੁਰੂ ਜੀ ਦੀ ਕੁਰਸੀ ਦੇ ਉੱਪਰ ਬੈਠ ਕੇ ਬੈਠ ਸਕਾਂ, ਇੱਥੇ ਦਾ ਕੋਈ ਕੋਈ ਭਜਨ ਬੰਦਗੀ ਵਾਲਾ ਹੀ ਬੈਠ ਸਕਦਾ ਹੈ। ਮਿੱਤਰਾ ਮਿੱਤਰਾ, ਇੱਥੇ ਕੋਈ ਭਜਗੀ ਬੰਦਗੀ ਵਾਲਾ ਨਹੀਂ ਬੈਠ ਸਕਦਾ, ਇੱਥੇ ਛੋਟੇ ਤੋਂ ਵੱਡਾ, ਗਰੀਬ ਤੇ ਅਮੀਰ ਹਰੇਕ ਕੋਈ ਬੈਠ ਸਕਦਾ, ਹਰੇਕ ਦੇ ਲਈ ਬਰਾਬਰ ਆ ਕੁਰਸੀ ਇਹ। ਮੈਨੂੰ ਕੁਝ ਨਹੀਂ ਪਤਾ, ਇੱਥੇ ਬਸ ਵਾਹਿਗੁਰੂ ਜੀ ਦੀ ਗੁਰਦੁਆਰਾ ਹੀ ਬਣਨਾ ਚਾਹੀਦਾ। ਉਹ ਸਿੰਘ ਸਾਹਿਬ ਜੀ, ਜੇ ਤੁਸੀਂ ਇੱਥੇ ਗੁਰਦੁਆਰਾ ਬਣਾਤਾ
ਤੁਸੀਂ ਸਿੱਖ ਲੋਕ ਇੱਥੇ ਪ੍ਰਧਾਨਗੀਆਂ ਲਈ ਲੜੋਗੇ, ਇੱਕ ਦੂਜੇ ਤੇ ਕਿਰਪਾਨਾਂ ਚਲਾਉਂਗੇ, ਇੱਕ ਦੂਜੇ ਦੀਆਂ ਪੱਗਾਂ ਲਾਉਂਗੇ, ਜਿਹਨੂੰ ਪ੍ਰਧਾਨਗੀ ਨਹੀਂ ਮਿਲਦੀ ਉਹ ਦੂਜਾ ਗੁਰਦੁਆਰਾ ਖੋਲ ਲੈਂਦਾ, ਗੁਰਦੁਆਰਾ ਖੋਲ ਕੇ ਉਸਨੂੰ ਸਿੱਧ ਕਰ ਦਿੰਦੇ ਆ। ਮੈਨੂੰ ਕੁਝ ਨੀ ਪਤਾ, ਬਸ ਇੱਥੇ ਵਾਹਿਗੁਰੂ ਜੀ ਦਾ ਗੁਰਦੁਆਰਾ ਹੀ ਬਣਨਾ ਚਾਹੀਦਾ। ਉਹ ਸਿੰਘ ਸਾਹਿਬ ਜੀ, ਸਾਨੂੰ ਇੰਨਾ ਪਤਾ ਖਾੜਕੂ ਕਿਹਨੂੰ ਕਹਿੰਦੇ ਨੇ? ਬਾਬਾ ਜੀ, ਖਾੜਕੂ ਸਿੱਖ ਉਹ ਹੁੰਦੇ ਨੇ ਜਿਹੜੇ ਲੋਕਾਂ ਦੀ ਭਲਾਈ ਤੇ ਜ਼ੁਲਮ ਦਾ ਨਾਸ਼ ਕਰਦੇ ਨੇ। ਪਰ ਸਾਡੇ ਪੰਜਾਬੀ ਸੱਭਿਆਚਾਰ ਦੇ ਗੀਤਕਾਰਾਂ ਨੇ ਤਾਂ ਕੁੜੀਆਂ ਨੂੰ ਲੈ ਕੇ ਭੱਜਣ ਵਾਲਿਆਂ ਨੂੰ ਖਾੜਕੂ ਕਿਹਾ ਆ। ਉੱਥੇ ਕਿਹੜਾ ਗਾਣਾ ਸੀ ਪਿੱਛੇ? ਬਾਬਾ ਜੀ ਇੱਦਾਂ ਨੀ, ਇੱਦਾਂ ਆ ਉਹ ਜਿਵੇਂ ਤੋੜ ਦੂ ਕੋ ਤੇਰਾ ਮੇਰਾ ਪਿਆਰ ਨੀ, ਮੂਰੇ ਜੱਟ ਖਾੜਕੂ ਖੜਾ। ਬਾਬੇ ਵਾ ਸਿੰਘ ਸਾਨੂੰ ਸਮਝਾ ਦੇ ਪੁੱਤ ਮਾੜਾ ਆ। ਮੈਨੂੰ ਕੁਝ ਨੀ ਪਤਾ, ਬਸ ਵਾਹਿਗੁਰੂ ਜੀ ਦਾ ਗੁਰਦੁਆਰਾ ਹੀ ਬਣਨਾ ਚਾਹੀਦਾ। ਓ ਮਿੱਤਰਾ, ਹਾਂਜੀ ਦੀਦਾ, ਫਿਰ ਉਹਨੇ ਤੈਨੂੰ ਇੰਨਾ ਘੈਂਟ ਲੈ ਦਿੱਤਾ, ਤੇਰਾ ਦਿਮਾਗ ਨੀ ਜਾ, ਤੇਰੇ ਪੱਲੇ ਨੀ ਪਿਆ। ਮੈਨੂੰ ਕੁਝ ਨੀ ਪਤਾ, ਬਸ ਇੱਥੇ ਵਾਹਿਗੁਰੂ ਜੀ ਦਾ ਗੁਰਦੁਆਰਾ ਹੀ ਬਣਨਾ ਚਾਹੀਦਾ, ਇੱਥੇ ਬਸ ਵਾਹਿਗੁਰੂ ਜੀ ਦਾ ਗੁਰਦੁਆਰਾ ਹੀ ਬਣਨਾ ਚਾਹੀਦਾ। ਮਾਤਾ ਕੇ ਮੰਦਿਰ ਕੋ ਸੋਨੇ ਸੇ ਸਜਾਨਾ ਹੈ, ਮਾਤਾ ਕੇ ਮੰਦਿਰ ਕੋ ਸੋਨੇ ਸੇ ਸਜਾਨਾ ਹੈ। ਆ ਗਿਆ ਇੱਥੇ ਭਗਵਾਨ ਰਾਮ ਦੀ ਕੁਰਸੀ, ਪਰੇ ਹੋ ਜਾਓ, ਪਰੇ ਹੋ ਜਾਓ। ਇੱਥੇ ਸਿਰਫ ਹਿੰਦੂ ਧਰਮ ਦਾ ਹੀ ਮੰਦਿਰ ਬਣੇਗਾ, ਇਹ ਸਿਰਫ ਹਿੰਦੂ ਧਰਮ ਦਾ ਹੀ ਸਥਾਨ ਹੈ। ਪੰਡਿਤ ਜੀ, ਮੂਰਤੀ ਸਥਾਪਨਾ ਦੀ ਆਰਤੀ ਸ਼ੁਰੂ ਕੀਤੀ ਜਾਵੇ। ਓਮ ਜੈ ਜਗਦੀਸ਼ ਹਰੇ, ਸਵਾਮੀ ਜੈ ਜਗਦੀਸ਼ ਹਰੇ। ਜੇ ਤੁਸੀਂ ਇੱਥੇ ਮੰਦਿਰ ਬਣਾਤਾ, ਤੁਸੀਂ ਕਮੰਟ ਲਾ ਦੋ ਇੱਥੇ ਡੋਲਣਾ, ਉਹੀ ਤੁਸੀਂ ਕਿਸੇ ਗਰੀਬ ਦੇ ਮੂੰਹ ਚ ਪਾਓ, ਤੁਹਾਨੂੰ ਸੀਸਾ ਦਊ ਅਗਲਾ। ਸਾਨੂੰ ਬਾਬਾ ਜੀ ਕੁਝ ਨੀ ਪਤਾ, ਇੱਥੇ ਹਿੰਦੂ ਧਰਮ ਦੇ ਮੁਤਾਬਕ ਭਗਵਾਨ ਰਾਮ ਦਾ ਮੰਦਿਰ ਸਥਾਪਿਤ ਕੀਤਾ ਜਾਵੇਗਾ, ਇੱਥੇ ਗੁਰਦੁਆਰਾ ਹੀ ਬਣਨਾ ਚਾਹੀਦਾ, ਇੱਥੇ ਸਿਰਫ ਭਗਵਾਨ ਰਾਮ ਦਾ ਮੰਦਿਰ ਬਣੇਗਾ। ਤੀਜਾ ਹੋਰ ਆ ਗਿਆ, ਆ ਕੀ ਇੱਥੇ ਅੱਲਾ ਦੀ ਕੁਰਸੀ, ਇੱਥੇ ਤਾਂ ਦਰਗਾਹ ਬਣਨੀ ਚਾਹੀਦੀ ਹੈ, ਇੱਥੇ ਤਾਂ ਤੇਲ ਦੇ ਦੀਵੇ ਬਾਲਣੇ ਚਾਹੀਦੇ ਹਨ। ਉਹ ਸਾਰੇ ਹਿਸਾਬ ਨਾਲ ਜਾਗਣਾ ਮੂੰਹ ਚੱਕ ਕੇ ਜਾਂਦਾ, ਪਰ ਅੱਜ ਤੱਕ ਕੁੱਪੜ ਮਾਰ ਕੇ ਨਸਾ ਬੰਦੂ ਮੈਂ। ਓ ਰੁਕੋ ਰੁਕੋ ਮੌਲਵੀ ਜੀ, ਜੇ ਤੁਸੀਂ ਇੱਥੇ ਮਸਜਿਦ ਬਣਾਤੀ ਤਾਂ ਤੁਸੀਂ ਇੱਥੇ ਲੀਟਰਾਂ ਤੇਲ ਦੀਵਿਆਂ ਚ ਪਾ ਪਾ ਫੂਕੂਗੇ, ਉਹੀ ਤੁਸੀਂ ਗਰੀਬ ਨੂੰ ਦਿਓ? ਹਾਂ ਬਾਬਾ ਸਹੀ ਗੱਲ ਹੈ, ਤੇਰੀ ਸਹੀ ਗੱਲ ਹੈ, ਨਾਲੇ ਪੀਂਡੀਆਂ ਨੂੰ ਤੁੜਕਾ ਲਾ ਲੈਣਗੇ, ਸਾਰਾ ਪਿਆਰ ਲੱਗ ਗਿਆ ਮਹਿੰਗਾ ਹੋਇਆ ਪਿਆ। ਸਾਨੂੰ ਕੁਝ ਨੀ ਪਤਾ, ਇੱਥੇ ਸਿਰਫ ਰਾਮ ਭਗਵਾਨ ਦਾ ਮੰਦਿਰ ਸਥਾਪਿਤ ਕੀਤਾ ਜਾਏਗਾ, ਗੁਰਦੁਆਰਾ ਹੀ ਬਣੂ, ਇੱਥੇ ਦਾ ਮੰਦਿਰ ਹੀ ਬਣੂ, ਗੁਰਦੁਆਰਾ ਹੀ ਬਣੂ, ਇੱਥੇ ਦਰਗਾਹ ਹੀ ਬਣੂ। ਚੁੱਪ ਕਰੋ, ਚੁੱਪ ਕਰੋ, ਕੁੰਡਾ ਮਾਰ ਕੇ ਨਸਾ ਪਾਂਦੂ। ਸਾਰੇ ਧਰਮ ਦੇ ਠੇਕੇਦਾਰ, ਕੋਈ ਵੀ ਧਰਮ ਇੱਥੇ ਵੈਰ ਨਹੀਂ ਸਿਖਾਉਂਦਾ, ਸਾਰੇ ਪ੍ਰੇਮ ਪਿਆਰ ਸਿਖਾਉਂਦੇ ਨੇ। ਸਭ ਨੂੰ ਪਤਾ ਪਰਮਾਤਮਾ ਇੱਕ ਹੈ, ਉਹ ਕਦੇ ਹਜ਼ਰਤ ਮੁਹੰਮਦ ਦੇ ਰੂਪ ਵਿੱਚ ਆਇਆ, ਕਦੇ ਉਹ ਸ਼੍ਰੀ ਰਾਮ ਦੇ ਰੂਪ ਵਿੱਚ ਆਇਆ, ਸ਼੍ਰੀ ਰਾਮ, ਕਦੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਇਆ। ਵਾਹਿਗੁਰੂ, ਸਭ ਦਾ ਇੱਕੋ ਸੰਦੇਸ਼ ਸੀ, ਨਾਮ ਜਪੋ, ਕਿਰਤ ਕਰੋ ਤੇ ਵੰਡ ਸਕੋ। ਪਰਮਾਤਮਾ ਨੇ ਇਹ ਧਰਤੀ ਬਣਾਈ, ਪਰ ਇਹ ਜਿਹੜਾ ਇਨਸਾਨ ਇਸ ਧਰਤੀ ਨੂੰ ਨਸ਼ਟ ਕਰਨ ਤੇ ਤੁਰਿਆ ਆ, ਦਰਿਆਵਾਂ ਵਾਲਾ ਪਾਣੀ ਵੀ ਕੀ ਧਰਤੀ ਵਿਚਲਾ ਵੀ ਖਤਮ ਕਰ ਦਿੱਤਾ। ਉਹ ਕਿਹੜਾ ਜਾਨਵਰ ਜਿਹੜਾ ਮਨੁੱਖ ਨੇ ਨਹੀਂ ਖਾਧਾ? ਪਰਮਾਤਮਾ ਨੇ ਇਹ ਧਰਤੀ ਬਣਾਈ ਤੇ ਬਣਾਈ, ਪਰਮਾਤਮਾ ਨੇ ਸੋਚਿਆ ਇਹ ਮੈਂ ਧਰਤੀ ਬਣਾ ਦਿੱਤੀ ਤੇ ਇੱਥੇ ਮੇਰੀ ਕੋਈ ਜ਼ਰੂਰਤ ਨਹੀਂ, ਤੇ ਪਰਮਾਤਮਾ ਨੇ ਸੋਚਿਆ ਹੁਣ ਮੈਂ ਜਾਵਾਂ ਤਾਂ ਜਾਵਾਂ ਕਿੱਥੇ, ਮੈਂ ਲੋਕਾਂ ਦੇ ਦਿਲਾਂ ਵਿੱਚ ਵਸ ਜਾਣਾ ਆ। ਬਾਬਾ ਜੀ, ਜਦੋਂ ਸਾਡੇ ਦਿਲਾਂ ਵਿੱਚ ਹੈ ਰੱਬ, ਦਿਖਾਈ ਕੌਣ ਦਿੰਦਾ? ਸੋ ਤੁਹਾਡੀ ਵੇਖਣ ਵਾਲੀ ਅੱਖ ਨਹੀਂ, ਰੱਬ ਤੁਹਾਡੇ ਤੋਂ ਵੱਖ ਨਹੀਂ। ਬਾਬਾ ਜੀ ਮਾਫ ਕਰ ਦੋ ਸਾਨੂੰ, ਬਾਬਾ ਸਾਨੂੰ ਮਾਫ ਕਰ ਦੋ, ਗਲਤੀ ਹੋ ਗਈ। ਮੈਂ ਕੌਣ ਨਾ ਤੁਹਾਨੂੰ ਮਾਫ ਕਰਨ ਵਾਲਾ ਪੁੱਤਰੋ, ਤੁਹਾਨੂੰ ਰੱਬ ਆਪੇ ਮਾਫ ਕਰੇਗਾ, ਜੇ ਤੁਸੀਂ ਉਹਦਾ ਦਿੱਤਾ ਹੋਇਆ ਸੰਦੇਸ਼ ਘਰ ਘਰ ਜਾ ਕੇ ਪਹੁੰਚਾਓਗੇ। ਇਸ ਧਰਤੀ ਤੋਂ ਇੱਕੋ ਇੱਕ ਧਰਮ ਹੈ, ਇਨਸਾਨੀ ਦਾ ਧਰਮ, ਇਨਸਾਨੀ ਦਾ ਧਰਮ, ਇਨਸਾਨੀ ਦਾ ਧਰਮ। ਅਵਲ ਅੱਲਾ ਨੂਰ ਪਾਇਆ, ਇੱਕ ਨੂਰ ਸੇ ਸਤ ਜਬ ਉਪਜਿਆ, ਕੌਣ ਭਲੇ ਕੋ ਮੰਦੇ, ਕੌਣ ਭਲੇ ਕੋ ਮੰਦੇ, ਕੌਣ ਭਲੇ ਕੋ ਮੰਦੇ।